ਕਮਾਈ ਕੀਤੀ ਹੋਈ ਦੌਲਤ ਇਹ ਧਨ ਗਰੂਰ ਨਾ ਕਰੀ, ਹੰਕਾਰ ਨਾ ਕਰੀ, ਇਹਨੇ ਇਸ ਧਨ ਨੇ ਇਸ ਦੌਲਤ ਨੇ ਵੀ ਇੱਕ ਦਿਨ ਪੁਰਾਣਾ ਹੋ ਜਾਣਾ। ਧਨ ਜੋਬਨ ਮਨੁੱਖ 'ਤੇ ਆਈ ਹੋਈ ਜਵਾਨੀ ਇੱਕ ਦਿਨ ਢਲ ਜਾਂਦੀ ਹੈ, ਸਮਾਂ ਪਾ ਕੇ ਬਿਨਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਕਿਉਂਕਿ ਸਮਾਂ ਹਰ ਇੱਕ ਚੀਜ਼ ਨੂੰ ਪੁਰਾਣਾ ਕਰ ਦਿੰਦਾ ਹੈ ਅਤੇ ਇਨਸਾਨ ਨੂੰ ਪੁਰਾਣੀਆਂ ਵਸਤੂਆਂ, ਪੁਰਾਣੇ ਪਦਾਰਥ ਚੰਗੇ ਨਹੀਂ ਲੱਗਦੇ, ਲੱਗਦੇ ਨੇ ਪਿਆਰੇ ਨਹੀਂ ਲੱਗਦੇ। ਨਵਾਂ ਨਵਾਂ ਕਾਕੇ ਦਾ ਵਿਆਹ ਹੋਵੇ, ਨੂੰਹ ਘਰ ਦੇ ਵਿੱਚ ਆਈ ਹੈ, ਪਿਆਰੀ ਲੱਗਦੀ ਹੈ, ਪਰ ਸਹਿਜੇ ਸਹਿਜੇ ਦਿਨ ਬਤੀਤ ਹੁੰਦੇ ਜਾ ਰਹੇ ਨੇ, ਦਿਨ ਬਤੀਤ ਹੁੰਦੇ ਜਾ ਰਹੇ ਨੇ, ਫਿਰ ਕੀ ਹੈ? ਉਹੀ ਘਰ ਹੈ, ਉਹੀ ਪਰਿਵਾਰ ਹੈ, ਉਹੀ ਮੈਂਬਰ ਨੇ, ਪਰ ਹੁਣ ਉਹ ਪਿਆਰ ਗਵਾਚਦਾ ਜਾ ਰਿਹਾ। ਕਾਰਨ ਕੀ ਹੈ? ਜਿਵੇਂ ਇਨਸਾਨ ਦਾ ਤਨ ਬਤੀਤ ਹੁੰਦਾ ਜਾਂਦਾ ਹੈ, ਬਿਨਸਨ ਦੇ ਵੱਲ ਵੱਧਦਾ ਜਾ ਰਿਹਾ ਹੈ, ਅਤੇ ਇਨਸਾਨ ਦਾ ਜਿਹੜਾ ਪਿਆਰ ਹੈ ਉਹ ਵੀ ਖਤਮ ਹੁੰਦਾ ਜਾਂਦਾ ਹੈ। ਅਤੇ ਦੁਨੀਆਂ ਦੀ ਹਰ ਇੱਕ ਵਸਤੂ, ਹਰ ਇੱਕ ਪਦਾਰਥ ਸਮਾਂ ਪਾ ਕੇ ਪੁਰਾਣਾ ਹੋ ਜਾਂਦਾ ਹੈ। ਅੱਜ ਅਸੀਂ ਕਹਿੰਦੇ ਹਾਂ ਖਿਮਾ ਕਰਨਾ, ਸਤਿਗੁਰੂ ਕੀ ਪਾਵਨ ਬਾਣੀ ਨੂੰ ਅਸੀਂ ਵਿਚਾਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ, ਕਿਉਂਕਿ ਗੁਰਦੁਆਰਾ ਕੋਈ ਸੋਝੀ ਪਾਈ ਸੀ। ਅਸੀਂ ਕਹਿੰਦੇ ਹਾਂ ਕਿ ਨਵਾਂ ਸਾਲ, ਪਰ ਆਪਣੇ ਮਨ ਤੋਂ ਪੁੱਛ ਕੇ ਵੇਖਣਾ ਕਿ ਕੁਝ ਹੀ ਪਲਾਂ ਤੋਂ ਬਾਅਦ ਆਪ ਜੀ ਨੂੰ ਇਹ ਪੁਰਾਣਾ ਮਹਿਸੂਸ ਹੋਵੇਗਾ, ਕਿਉਂਕਿ ਕਦੇ ਜਿਸ ਸਾਲ ਦੇ ਅੰਦਰ ਅਸੀਂ ਬੈਠੇ ਹਾਂ ਨਾ, ਇਹਦੇ ਲਈ ਅਰਦਾਸ ਕੀਤੀ ਸੀ ਨਵੇਂ ਵਾਸਤੇ, ਪਰ ਇਹ ਪੁਰਾਣਾ ਹੋ ਗਿਆ ਨਾ। ਜਦੋਂ ਨਵਾਂ ਆਉਣਾ ਇਹਨੇ ਪੁਰਾਣਾ ਹੋ ਜਾਣਾ, ਅਤੇ ਜਦੋਂ ਨਵੇਂ ਨੇ ਆਉਣਾ ਤਾਂ ਉਸਨੇ ਵੀ ਇੱਕ ਦਿਨ ਸਮਾਂ ਪਾ ਕੇ ਪੁਰਾਣਾ ਹੋ ਜਾਣਾ। ਦੁਨੀਆਂ ਦੇ ਹਰ ਇੱਕ ਵਸਤੂ, ਹਰ ਇੱਕ ਸ਼ੈ ਸਮਾਂ ਪਾ ਕੇ ਪੁਰਾਣਾ ਹੋ ਜਾਂਦਾ ਹੈ, ਪਰ ਕਿ ਕੋਈ ਐਸੀ ਚੀਜ਼ ਵੀ ਹੈ ਜੋ ਨਿੱਤ ਨਵੀਂ ਹੋਵੇ, ਕਦੇ ਪੁਰਾਣੀ ਨਾ ਹੋਵੇ? ਸਤਿਗੁਰੂ ਕਹਿਣ ਲੱਗੇ ਹਾਂ ਇੱਕ ਹੈ ਜੋ ਕਦੇ ਪੁਰਾਣੀ ਨਹੀਂ ਹੁੰਦੀ। ਕਹਿਣ ਲੱਗਾ ਮਹਾਰਾਜ ਕੀ? ਸਤਿਗੁਰੂ ਕਹਿਣ ਲੱਗੇ ਸਾਹਿਬ ਮੇਰਾ ਨੀਤ ਨਵਾਂ, ਜਿਹੜਾ ਮੇਰਾ ਨਿਰੰਕਾਰ ਹੈ, ਵਾਹਿਗੁਰੂ ਹੈ, ਉਹ ਸਦੀਵ ਕਾਲ ਵਾਸਤੇ ਨਵਾਂ ਹੈ, ਔਰ ਨਿੱਤ ਨਵੇਂ ਸੁਨੇਹੇ ਉਸ ਤੋਂ ਮਿਲਦੇ ਨੇ, ਨਿੱਤ ਨਵੀਆਂ ਦਾਤਾਂ ਮਿਲਦੀਆਂ ਨੇ, ਨਿੱਤ ਨਵੇਂ ਪਦਾਰਥ ਮਿਲਦੇ ਨੇ, ਜੀਵਨ ਜਿਉਣ ਦੀ ਨਵੀਂ ਸੋਚ ਮਿਲਦੀ ਹੈ, ਨਵੀਂ ਵਿਚਾਰਧਾਰਾ ਦਾ ਜਨਮ ਹੁੰਦਾ ਹੈ। ਇਨਸਾਨ ਆਪਣੇ ਜੀਵਨ ਦੇ ਦੌਰਾਨ ਹਰ ਇੱਕ ਪੁਰਾਣੀ ਚੀਜ਼ ਨੂੰ ਤਿਆਗਣ ਵਾਸਤੇ ਤਿਆਰ ਹੈ। ਪੁਰਾਣਾ ਮਕਾਨ ਇਸ ਨੂੰ ਚੰਗਾ ਨਹੀਂ ਲੱਗਦਾ, ਪੁਰਾਣੇ ਕੱਪੜੇ ਵਧੀਆ ਨਹੀਂ ਲੱਗਦੇ, ਚੰਗੇ ਨਹੀਂ ਲੱਗਦੇ, ਪੁਰਾਣੇ ਮਿੱਤਰ ਵੀ ਇਸ ਨੂੰ ਚੰਗੇ ਨਹੀਂ ਲੱਗਦੇ, ਮਾਪੇ ਬਜ਼ੁਰਗ ਹੋ ਗਏ ਨੇ, ਪੁਰਾਣੇ ਹੋ ਗਏ ਨੇ, ਚੰਗੇ ਨਹੀਂ ਲੱਗਦੇ। ਪਰ ਖਿਆਲ ਕਰਨਾ, ਜਿਹੜੀਆਂ ਪੁਰਾਣੀਆਂ ਵਹਿਮਾਂ ਭਰਮਾਂ ਦੀਆਂ ਰੀਤਾਂ ਚੱਲੀਆਂ ਆ ਰਹੀਆਂ ਨੇ, ਇਹਨਾਂ ਸਾਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ। ਇਨਸਾਨ ਹਰ ਇੱਕ ਪੁਰਾਣੀ ਚੀਜ਼ ਤਿਆਗ ਦਿੰਦਾ, ਪਰ ਜੋ ਵਹਿਮ ਭਰਮ ਬਣੇ ਹੋਏ ਨੇ ਉਹਨਾਂ ਨੂੰ ਤਿਆਗਣ ਵਾਸਤੇ ਬਿਲਕੁਲ ਇਹ ਤਿਆਰ ਨਹੀਂ, ਬਿਲਕੁਲ ਰਜ਼ਾਮੰਦ ਨਹੀਂ। ਉਹਨਾਂ ਨੂੰ ਆਖਦਾ ਕਿ ਮੈਂ ਆਪਣੀ ਮਤ ਦੇ ਅਨੁਸਾਰ ਜੀਵਨ ਬਤੀਤ ਕਰਾਂ, ਨਾ ਕਿ ਗੁਰੂ ਕੀ ਮਤ ਦੇ ਅਨੁਸਾਰ। ਤੁਸੀਂ ਵਿਦਵਾਨ ਸੱਜਣਾ ਤੋਂ ਸੁਣਦੇ ਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨਸਾਨ ਨੂੰ ਇੱਕ ਨਵੀਂ ਵਿਚਾਰਧਾਰਾ ਦਿੱਤੀ, ਆ ਵੇਈ ਨਦੀ ਦੀ ਗੱਲ ਤੁਸੀਂ ਸੁਣਦੇ ਹੋ, ਲੇਕਿਨ ਸਾਖੀਕਾਰਾਂ ਨੇ ਜੋ ਸਾਖੀ ਸੁਣਾ ਦਿੱਤੀ, ਜੋ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲੀ, ਅਸੀਂ ਸਟੇਜਾਂ 'ਤੇ ਸੁਣਾ ਕੇ ਚਲੇ ਗਏ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਕਦੇ ਵਿਚਾਰਨ ਦਾ ਯਤਨ ਨਹੀਂ ਕੀਤਾ। ਤੁਸੀਂ ਸਾਖੀਕਾਰਾਂ ਸਾਖੀਆਂ ਦੇ ਵਿੱਚੋਂ ਪੜ੍ਹਦੇ ਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਰਾਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ,
ਤੇ ਕਿੱਥੇ ਚਲੇ ਗਏ? ਖੁਦਾ ਦੇ ਕੋਲ, ਰੱਬ ਦੇ ਕੋਲ ਚਲੇ ਗਏ। ਤੁਸੀਂ ਇੱਕ ਆਪਣੇ ਮਨ ਤੋਂ ਪੁੱਛ ਕੇ ਵੇਖਣਾ ਕਿ ਇਨਸਾਨ ਕਿਸੇ ਨੂੰ ਮਿਲਣ ਵਾਸਤੇ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਜਾਂਦਾ, ਰੱਬ ਨੂੰ ਮਿਲਣ ਵਾਸਤੇ ਜਾਵੇ ਤੇ ਕਿਸ ਤਰੀਕੇ ਦੇ ਨਾਲ ਰੱਬ ਨੂੰ ਮਿਲਣ ਵਾਸਤੇ ਜਾਣਾ ਚਾਹੀਦਾ। ਪਹਿਲੀ ਗੱਲ, ਸਤਿਗੁਰੂ ਕੀ ਪਾਵਨ ਬਾਣੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਇਹ ਗਵਾਹੀ ਦਿੱਤੀ ਹੈ ਕਿ ਜਹਿ ਜਹਿ ਪੇਖੋਂ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਮੇਰੇ ਮਨਾਂ ਉਸਨੂੰ ਸਿਮਰੀ, ਉਸਨੂੰ ਧਿਆਈ ਜੋ ਹਰ ਇੱਕ ਜ਼ਰਰੇ ਜ਼ਰਰੇ ਦੇ ਅੰਦਰ ਮੌਜੂਦ ਹੈ, ਕਣ ਕਣ ਦੇ ਵਿੱਚ ਮੌਜੂਦ ਹੈ। ਕਿਸੇ ਨੇ ਖੁਦਾ ਨੂੰ ਤੀਰਥਾਂ 'ਤੇ ਆਖਿਆ ਅਤੇ ਕਿਸੇ ਨੇ ਖੁਦਾ ਨੂੰ ਮੱਕੇ ਮਦੀਨੇ ਦੇ ਵਿੱਚ ਆਖਿਆ, ਲੇਕਿਨ ਕਬੀਰ ਨੇ ਗਵਾਹੀ ਦਿੱਤੀ, ਸੱਚ ਦੀ ਹਾਮੀ ਭਰੀ ਅਤੇ ਆਪਣੀ ਰਸਨਾ ਤੋਂ ਇਹ ਬੋਲ ਕਹਿ ਦਿੱਤੇ ਕਿ ਕਬੀਰ ਹੱਜ ਕਾਬੇ ਹੋ ਚਾਹੇ ਥਾ, ਆਗੇ ਮਿਲਿਆ ਖੁਦਾਏ ਸਾਈ ਮੁਜਿਸੋਂ ਲੜ ਪਰਿਆ, ਤੁਜੈ ਕਿਨ ਫਰਮਾਈ ਗਾਏ। ਕਿ ਕੌਣ ਆਖਦਾ ਕਿ ਖੁਦਾ ਮੱਕੇ ਦੇ ਵਿੱਚ ਵਸਦਾ? ਕਦੇ ਰਾਏ ਭੋਏ ਦੀ ਤਲਵੰਡੀ 'ਤੇ ਇੱਕ ਮੁਸਲਮਾਨ ਰਾਏ ਬਲਾਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰੇ ਕਰਦਾ, ਗੁਰੂ ਨਾਨਕ ਦੀ ਬਾਣੀ ਨੂੰ ਸੁਣਦਾ, ਗੁਰੂ ਨਾਨਕ ਨੂੰ ਨਤਮਸਤਕ ਕਰਦਾ, ਅਤੇ ਸੱਚਾ ਅਤੇ ਸੁੱਚਾ ਮੁਸਲਮਾਨ ਕੀ ਆਖਦਾ ਕਿ ਅੱਲਾ ਦਿਸਦਾ ਏ ਤੇਰੀ ਅੱਖ ਅੰਦਰ, ਤੇਰੀ ਨਜ਼ਰ ਦੇ ਵਿੱਚ ਖੁਦਾਈ ਨਾਨਕ, ਦੌਲਤ ਸਦਾ ਹੀ ਚੁੰਮਦੀ ਚਰਨ ਤੇਰੇ, ਤੂੰ ਹੈ ਖੁਦ ਖੁਦਾ ਇਲਾਹੀ ਨਾਨਕ, ਤੇਰੀ ਇੱਕ ਅਦਾ ਤੋਂ ਜਾਨ ਵਾਰਾਂ, ਤੇਰੀ ਖਾਕ ਤੋਂ ਵਾਰਾਂ ਜਹਾਨ ਨਾਨਕ, ਤੇਰੇ ਹਾਸੇ ਤੋਂ ਹਸਤੀ ਖੁਦਾ ਵਾਰਾਂ, ਤੇਰੇ ਕਲਮੇ ਤੋਂ ਵਾਰਾਂ ਕੁਰਾਨ ਨਾਨਕ, ਤੇਰੀ ਰਜ਼ਾ ਤੋਂ ਰੋਜ਼ੇ ਨਿਮਾਜ਼ ਵਾਰਾਂ, ਤੇਰੇ ਪਿਆਰ ਤੋਂ ਵਾਰਾਂ ਇਮਾਨ ਨਾਨਕ, ਤੇਰੀ ਸੱਤ ਕਰਤਾਰ ਦੀ ਸੱਦ ਉੱਤੋਂ ਕਰਾਂ ਮੱਕਾ ਮਦੀਨਾ ਕੁਰਬਾਨ ਨਾਨਕ, ਸਿਜਦਾ ਮੱਕੇ ਨੂੰ ਕਰਾਂ ਜਾਂ ਤੇਰੇ ਵੱਲੇ, ਤੇਰੇ ਨੂਰ ਤੋਂ ਮੱਕਾ ਜੁਦਾ ਹੀ ਨਹੀਂ, ਤੂੰ ਹੈ ਖੁਦ ਖੁਦਾ ਖੁਦਾ ਦੀ ਸਹੁੰ, ਤੇਰੇ ਬਿਨਾਂ ਕੋਈ ਦੂਜਾ ਖੁਦਾ ਹੀ ਨਹੀਂ। ਉਸ ਰਾਏ ਬਲਾਰ ਨੇ ਖੁਦਾ ਦਾ ਨੂਰ, ਖੁਦਾ ਦੇ ਦੀਦਾਰੇ ਕੀਤੇ ਗੁਰੂ ਨਾਨਕ ਸਾਹਿਬ ਜੀ ਵਿੱਚੋਂ, ਕਿਉਂਕਿ ਉਹਨਾਂ ਨੇ ਪੁਰਾਣੀਆਂ ਚਲੀਆਂ ਆ ਰਹੀਆਂ ਵਹਿਮਾਂ ਭਰਮਾਂ ਦੀਆਂ ਰੀਤਾਂ ਨੂੰ ਚੱਕਣਾ ਚੂਰ ਕਰਕੇ ਇਨਸਾਨ ਨੂੰ ਇੱਕ ਨਵੀਂ ਜੋਤ ਦਾ ਮਾਲਕ ਬਣਾਇਆ ਅਤੇ ਨਵੀਂ ਜਾਗ੍ਰਿਤੀ ਇਨਸਾਨ ਦੇ ਜੀਵਨ ਦੇ ਅੰਦਰ ਪੈਦਾ ਕੀਤੀ। ਆਸਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ ਨਾ ਪਾਵਨ ਸ਼ਬਦ ਕਿ ਇਨਸਾਨ ਨੇ ਪੜ੍ਹਨਾ ਲਿਖਣਾ ਆਰੰਭ ਕੀਤਾ, ਲਿਖ ਲਿਖ ਪੜ੍ਹਿਆ ਅਤੇ ਤਕੜਿਆ, ਕੜਿਆ ਆਖਦੇ ਨੇ ਹੰਕਾਰਿਕ ਹੋ ਗਿਆ, ਵਿਚਾਰਨ ਦੀ ਮੱਤ ਗਵਾਚਦੀ ਗਈ, ਵਿਚਾਰਨ ਦੀ ਸੋਚੀ ਖਤਮ ਹੋ ਗਈ, ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਘੀਆ ਦੇਖੀ ਦੁੱਖ ਦੀਆ, ਸੋ ਹੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ। ਅੰਨ ਤਿਆਗ ਦਿੱਤਾ, ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਅੱਜ ਵੀ ਸਿੱਖ ਪਰਿਵਾਰਾਂ ਦੇ ਵਿੱਚ ਵਰਤ ਰੱਖੇ ਜਾਂਦੇ ਨੇ। ਕਿੱਥੇ ਗਈ ਗੁਰੂ ਕੀ ਵਿਚਾਰਧਾਰਾ, ਸਾਹਿਬ ਮੇਰਾ ਨੀਤ ਨਵਾਂ? ਜੇ ਸਾਹਿਬ ਨੀਤ ਨਵਾਂ ਹੈ ਤੇ ਸਾਹਿਬ ਤੋਂ ਨਿੱਤ ਹੀ ਸਿੱਖਿਆ ਲੈਣੀ ਚਾਹੀਦੀ, ਉਪਦੇਸ਼ ਲੈਣਾ ਚਾਹੀਦਾ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੈ, ਕੱਪੜੇ ਤਿਆਗਣੇ ਸ਼ੁਰੂ ਕਰ ਦਿੱਤੇ, ਕੱਪੜੇ ਨਹੀਂ ਪਾਉਣੇ, ਵਸਤਰ ਨਾ ਪਹਿਰੈ, ਐਨਿਸ ਕਹਿ ਰਹੇ ਮੌਨ ਵੀ ਗੁੱਤਾ, ਚੁੱਪ ਸਾਧ ਕੇ ਬੈਠ ਗਏ, ਇੱਥੋਂ ਤੱਕ ਕਿ ਬੱਤੀਆਂ ਵੀ ਬੰਦ ਕਰ ਦਿੱਤੀਆਂ, ਹਨੇਰਾ ਕਰ ਲਿਆ, ਕੋਈ ਵੇਖੇ ਨਾ, ਮੌਨ ਧਾਰ ਲਓ। ਕਹਿੰਦੇ ਨੇ ਮੌਨ ਵੀ ਗੁੱਤਾ, ਕਿਉਂ ਜਾਗੈ ਗੁਰ ਬਿਨ ਸੁੱਤਾ, ਪਗ ਉਬੇ ਤਾਣਾ ਆਪਣਾ ਕੀਆ ਕਮਾਣਾ, ਪਗ ਪਗ ਆਖਦੇ ਨੇ ਪੈਰ, ਉਬੇ ਤਾਣਾ ਆਖਦੇ ਨੇ ਜੁੱਤੀ, ਪੈਰ ਦੇ ਵਿੱਚ ਪਾਉਣ ਵਾਲੇ ਜੋੜੇ, ਕਈ ਵੀਰ ਨੇ ਕਈ ਭੈਣਾਂ ਨੇ, ਕਿ ਗੁਰਦੁਆਰੇ ਜਾਣਾ ਜੋੜੇ ਘਰੇ ਉਤਾਰ ਕੇ ਜਾਣਾ, ਕਿਉਂ? ਮੇਰੀ ਸ਼ਰਤ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹੋ ਜਿਹੀ ਸ਼ਰਧਾ ਪ੍ਰਵਾਨ ਨਹੀਂ ਕਿ ਪਗ ਉਪੇ ਤਾਣਾ ਆਪਣੇ ਜੋੜੇ ਉਤਾਰ ਕੇ ਤੂੰ ਚਲੇ ਹੈ,
ਜੇ ਪੈਰਾਂ ਦੇ ਵਿੱਚ ਕਿਤੇ ਕੋਈ ਕੰਕਰ, ਕੋਈ ਕਿੱਲ, ਕਿਤੇ ਕੋਈ ਕੰਡਾ ਖੁੱਭ ਗਿਆ, ਦੋਸ਼ ਕਿਹਨੂੰ ਦੇਵੇਂਗਾ? ਰੱਬ ਨੂੰ ਦੇਵੇਂਗਾ ਨਾ, ਕਿਉਂਕਿ ਇਨਸਾਨ ਕਦੇ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਰੱਬ ਨੂੰ ਦੋਸ਼ੀ ਠਹਿਰਾਉਂਦਾ।